ईयकना बोधो व यकनसताई हरुणाबाद फकीरवाले यतीम वाला रफीकाबाद खिचीवाला शाबाज वाला फोटाबाज सत्तर मोड़ छियासी मोड़ मरोट आले दुआले पिंडा चाहने वे बजुर्गों माव भैं तेटिया नौजवानों और खास तौर पर कैदी नंबर अठ सौ चार के चाहू सबकम इलैक्शन का डगा बच गया तो सिर्फ एक गुजारिश करनी है कि जो कैदी नंबर अठ सौ चार इस कौम वास्ते कर सकता सी, इमरान खान ने वो कर देता, शौकत बसरा जो कर सकता या जो पूरे पाकिस्तान जीड़े इस वक्त तहरीक इंसाफ के लोग बच गए ने जुल्म जबर उन्हें बर्दाश्त किया सब ते सामने ने। मेरे सियासी मुखालफ एडे कमजरफ साजिशी और डरे हुए डरपोक लोग ने पहला कर तड़वाए गए चादर चार तक कद सुपा माल किया गया ਐਫ ਆਈ ਆਰ ਦਰਜ ਨੇ ਔਰ ਜੋ ਕੁਝ ਕਾਗਜ਼ਤ ਨਾਮਜ਼ਦਗੀ ਤੁਹਾਨੂੰ ਦੇਖ ਲਿਆ ਬੰਦੇ ਚੁਕਵਾ ਲੇ ਗਏ ਗ੍ਰਿਫਤਾਰ ਕਰ ਲੇ ਗਏ ਕਦੇ ਜੀ ਵੀ ਹੋਇਆ ਐ ਜੀ ਵੀ ਦਰਿਆ ਖੂਨ ਦੀਆਂ ਨਦੀਆਂ ਬੋਰ ਕਰਕੇ ਕਾਗਜ਼ ਦਾ ਹਲ ਕਰਾਣ ਡਏ ਆ ਕਾਗਜ਼ ਖਾਰਜ ਕਰਾਏ ਗਏ ਕਿ ਸ਼ੌਕ ਗਸਰਾ ਮੈਦਾਨ ਚ ਨਹੀਂ ਹੋਣਾ ਚਾਹੀਦਾ ਮੈਂ ਨਾ ਜਗਾ ਹੁੰਦਾ ਨਾ ਮੰਗਦਾ ਤਗੜੇ ਹੋ ਆਓ ਆਵਾਮ ਚ ਮੁਕਾਬਲਾ ਕਰਨੇ ਆ ਸਾਜ਼ਿਸ਼ਾਂ ਨਾਲ ਨਹੀਂ ਲੇਕਿਨ ਹਜੇ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਆਖਰੀ ਸਾਹ ਤੱਕ ਲੜਾਂਗਾ ਕੈਦੀ ਨੰਬਰ 804 ਕਹਿੰਦਾ ਨਾ ਆਖਰੀ ਬਾਲ ਤੱਕ ਲੜਾਂਗਾ ਇਨਸ਼ਾਅੱਲਾ ਸੁਪਰੀਮ ਕੋਰਟ ਚ ਅਪੀਲ ਵੀ ਮੈਨੂੰ ਖੁਦਾ ਤੇ ਯਕੀਨ ਹੈ ਕਿ ਕੈਦੀ ਨੰਬਰ 804 ਦਾ ਆਮ ਵਰਕਰ ਦੇ ਹੱਥ ਵੀ ਝੰਡਾ ਹੋਏਗਾ ਸਭ ਦਾ ਸਾਡਾ ਕਰਜ਼ ਲਾਣ ਦਾ ਵਕਤ ਹੈ ਮੇਰੀ ਤੁਹਾਨੂੰ ਇੱਕ ਗੁਜ਼ਾਰਿਸ਼ ਹੈ ਕਿ ਸ਼ਹਿਰਾਂ ਦੇ ਵਿੱਚ ਖਾਸ ਤੌਰ ਤੇ ਨੌਜਵਾਨਾਂ ਨੂੰ ਨੌਜਵਾਨ ਪਾਕਿਸਤਾਨ ਦਾ ਮੁਸਤਕਬਲ ਨੇ ਇਮਰਾਨ ਖਾਨ ਤੁਹਾਡੀ ਜੰਗ ਲੜ ਰਿਹਾ ਹੈ आने वाली नस्लों की जंग लड़ रहा है तो उन्होंने सिपाही जड़े ने असी भी इसे वास्तव खड़े हाँ कि आने वाला पाकिस्तान चंगा हो जाए तो मेरी तुम तो गुजारिश कि हर थौकत बसरा नहीं पहुँच सकता मेरी एलिया इमरान खान का झंडा लैके निकल रही हर है हर थान जाने कोशिश करेगी नहीं पहुँच सकेगी बहुत वाला हल्का टाइम बहुत थोड़ा है टीम भी बड़िया ने लेकिन अपना इलेक्शन समझो अगर समझ हो कि कैदी नंबर अठ सौ चार ने ਦੇ ਦਾ ਕੋਈ ਕਰਜ਼ ਹੈ ਸਾਡੇ ਤੇ ਸ਼ਹਿਰਾਂ ਦੇ ਵਿੱਚ ਨੌਜਵਾਨ ਆਪਣੀਆਂ ਆਪਣੀਆਂ ਟੀਮਾਂ ਬਣਾਣ ਆਪਣੇ ਡਿਵਾਰਡਸ ਸੰਭਾਲਣ ਆਪਣੇ WhatsApp ਗਰੁੱਪ ਬਣਾਣ ਇਸੇ ਤਰ੍ਹਾਂ ਪਿੰਡਾਂ ਦੇ ਵਿੱਚ ਆਪਣੇ ਸਾਰੇ ਨੌਜਵਾਨ ਇਕੱਠੇ ਹੋਵੋ ਇਹ 15 20 ਦਿਨ ਸਮਝ ਲੋ ਕਿ ਸੌਣਾ ਨਹੀਂ ਤੁਸੀਂ ਅਗਰ ਆਪਣਾ ਕੈਂਡੀਡੇਟ ਜਿਹੜੇ ਹੈ ਨੇ ਖਾਨਿਸਪਾਈ ਨੇ ਨਿਸ਼ਾਨ ਲੋਕਾਂ ਤੱਕ ਪਹੁੰਚਾਓ ਬੈਠ ਕੋਇਆ ਕਿਉਂ ਗਿਆ ਬੱਲਾ ਇਸ ਵਾਰ ਤੇ ਕੋਇਆ ਗਿਆ ਕਿ ਲੋਕਾਂ ਤੱਕ ਹੀ ਨਾ ਪਹੁੰਚ ਸਕੇ कदेशी इलेक्शन हुए ने पाकिस्तानी तारीख को ऐसा इलेक्शन हो निशान ही खोलो किसी पार्टी का लेकिन अल्लाह के फसल अजक सोशल मीडिया का दौर है यह जे निशान ने पहुंचाओ लोगों तक अपनी कंपेन करो लोगों तक अपने जो दो अभाव ने हर पिंड नौजवान अगर पंद्रह भी पच्चीट होके वो अपनी कंपेन कर, कर, कर पैगाम दे ਤੇ ਅੱਲਾ ਦੇ ਫਜ਼ਲ ਨਾਲ ਮੈਂ ਖੁਦਾ ਤੇ ਮੈਨੂੰ ਯਕੀਨ ਹੈ ਕਿ ਇਹ ਜਿਹੜਾ ਮੁਖਾਲਫ ਟੋਲਾ ਹੈ ਉਹ ਖਾ ਦੁਬਈ ਦਾ ਜਿਹੜਾ ਇੱਥੇ ਟੁਰਿਆ ਫਿਰਦਾ ਬਨਾਰਸੀ ਠਾਗੋ ਜਿਹੜਾ ਅੱਲਾ ਰੱਖਾ ਪੈਪਸੀ ਹੈ ਜਾਂ ਉਹ ਦੂਸਰਾ ਜਿਹੜਾ ਪਿੰਡੀ ਵਾਲਾ ਦਰਬਦਾਰ ਹੈ ਜਿਨੇ ਖਦਦਾਰੀ ਕੀਤੀ ਕੈਦੀ ਨੰਬਰ 804 ਨਾਲ ਔਰ ਖਾਨ ਦੀ ਪੀੜ ਛੁਰਾ ਕੰਪਿਆ ਇਹ ਜੋ ਮਰਜ਼ੀ ਕਰ ਲੈਣ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਟੁਰੇ ਫਿਰਦੇ ਨੇ 5 ਸਾਲ ਬਾਅਦ ਆ ਗਏ ਨੇ ਨਹੀਂ ਜਿੱਤ ਸਕਣਗੇ ਆਪਣਾ ਆਪਣਾ ਫਰਜ਼ ਅਦਾ ਕਰੋ ਅਸੀਂ ਫਰਜ਼ਦਾ ਕਰ ਦਿੱਤਾ ਜੋ ਸਾਡੇ ਹੁਕਮ ਜਿੰਮੇ ਲਾਇਆ ਸੀ ਕਿ ਚੌਕਤ ਬਸਰਾ ਔਖਾ ਵੇਲਾ ਹੀ ਖਾਨਾ ਛੱਡੀ ਅੱਲਾ ਨੇ ਹਿੰਮਤ ਤਾਕਤ ਦਿੱਤੀ ਸਾਬਤ ਕਦਮ ਰਹੇ ਆਪਣਾ ਲੈਖੇ ਸਮਝ ਕੇ ਲੜਨਾ ਜੀ ਔਰ ਇਹ ਜਿਹੜੀਆਂ ਇਹਨਾਂ ਦੀਆਂ ਗੱਡੀਆਂ ਨੇ ਨਾ 8 ਤਾਰੀਖ ਨੂੰ ਬਹਿ ਕੇ ਇਹਨਾਂ ਦੀਆਂ ਗੱਡੀਆਂ 'ਚ ਬਹਿ ਕੇ ਤੇ ਅੰਦਰ ਜਾ ਕੇ ਮੋਰ ਕੈਦੀ ਨੰਬਰ 804 ਦੇ ਉਮੀਦਵਾਰਾਂ ਨੂੰ ਲਾਣੀ ਹੈ ਉਮੀਦਵਾਰ ਕੈਦੀ ਨੰਬਰ 804 ਤੁਸੀਂ ਆਪ ਹੋ ਤੁਸੀਂ ਸਭ ਇਮਰਾਨ ਖਾਨ ਹੋ ਇਹ ਗੱਲ ਮੇਰੀ ਜ਼ਿੰਦ ਵਿੱਚ ਰੱਖਣਾ ਜਦੋਂ ਸਭ ਇਮਰਾਨ ਖਾਨ ਹੋ ਮੈਂ ਵੀ ਇਮਰਾਨ ਖਾਨ ਹਾਂ ਉਹਦਾ ਸਪਾਈ ਹਾਂ ਤੁਸੀਂ ਵੀ ਇਮਰਾਨ ਖਾਨ ਹੋ ਜਦੋਂ ਆਪਣੇ ਆਪ ਨੂੰ ਇਮਰਾਨ ਖਾਨ ਸਮਝੋਗੇ ਕੈਦੀ ਨੰਬਰ 804 ਸਮਝੋਗੇ ਤੇ ਆਪਣਾ ਇਲੈਕਸ਼ਨ ਸਮਝੋਗੇ ਤੇ ਕੋਈ ਮਸਲਾ ਨਹੀਂ ਕਿ ਅਸੀਂ ਵੋਟ ਨਾ ਪੁੱਟਾ ਸਕੀਏ ਪੈਗਾਮ ਨਾ ਪਹੁੰਚ ਸਕੇ ਅੱਜ ਕੱਲ ਤੇ ਸੋਸ਼ਲ ਮੀਡੀਆ ਦਾ ਦੌਰ ਹੈ WhatsApp ਗਰੁੱਪ ਬਣਾਓ ਆਪਣੇ ਆਪਣੇ ਤੇ ਮੇਰੀ ਗੁਜ਼ਾਰਿਸ਼ ਹੈ तमाम ਦੋਸਤਾਂ ਭਾਈਆਂ ਨੌਜਵਾਨਾਂ ਨੂੰ ਮੇਰੇ ਖੁਦਾ ਤੇ ਯਕੀਨ ਹੈ ਕਿ ਤੁਸੀਂ ਇਹ ਫਰਜ਼ ਅਦਾ ਕਰੋਗੇ ਔਰ ਇਨਸ਼ਾਅੱਲਾ 8 ਤਾਰੀਖ ਨੂੰ ਅਗਰ ਤੁਸੀਂ ਘਰਾਂ ਦੇ ਵਿੱਚੋਂ ਨਿਕਲ ਕੇ 60 70% ਵੋਟ ਪਾ ਦਿੱਤੇ ਇਹ ਜਿੰਨੀ ਮਰਜ਼ੀ ਤਾਂ ਲਈ ਕਰ ਲੈਣ ਅਗਰ ਇਹ ਰੋਕ ਸਕਦੇ ਹੁੰਦੇ ਨਾ ਇਹ ਪੂਰੇ ਪਾਕਿਸਤਾਨ ਦੇ ਅੰਦਰ ਜਿਹੜਾ ਕ੍ਰੈਕਡਾਊਨ ਹੋ ਰਿਹਾ ਹੈ ਅੱਜ ਵੀ ਬੰਦੇ ਪੜੇ ਜਾ ਰਹੇ ਨੇ ਅੱਜ ਵੀ ਸਾਨੂੰ ਕੈਂਪੇਨ ਨਹੀਂ ਕਰਨ ਦਿੱਤੀ ਜਾ ਰਹੀ ਹੱਥ ਪੈਰ ਬੰਨੇ ਨੇ ਸਾਡੇ ਲੇਕਿਨ ਡਰ ਕਿਸ ਗੱਲ ਦਾ ਹੈ ਇਲੈਕਸ਼ਨ ਵਾਲੇ ਦਿਨ ਤਨੂੰ ਰੋਕ ਨਹੀਂ ਸਕਦੇ ਉਹ ਦਿਨ ਖਲਕੇ ਖੁਦਾ ਦੇ ਨਿਕਲਣਾ ਹੈ ووٹ ਪਾਣਾ ਤੁਹਾਡਾ ਹੱਕ ਹੈ ਤੁਹਾਨੂੰ ਕੋ ਰੋਕ ਹੀ ਨਹੀਂ ਸਕੇਗਾ ਜੇ ਦਿਨ ਤੁਸੀਂ ਨਿਕਲਾਏ ਫਿਰ ਤੇ ਫਿਰ ਉਹ ਦਿਨ ਪੂਰੇ ਪਾਕਿਸਤਾਨ ਚ ਇੱਕ ਹੀ ਨਾਰਾ ਹੋਏਗਾ ਕੈਦੀ ਨੰਬਰ 804 ਕੈਦੀ ਨੰਬਰ 804 ਤੁਹਾਡੀਆਂ ਦੁਆਵਾਂ ਦਾ ਮੰਜ਼ਿਲ ਤੁਹਾਡਾ ਪੁੱਤਰ ਤੁਹਾਡਾ ਭਰਾ ਸ਼ੌਕਤ ਬਸਰਾ ਖੁਦਾ ਹਾਫਿਜ਼